ਕੋਈ ਵੀ ਜਿਹੜੀ ਪਾਰਟੀ ਹੈ ਨਾ, ਇਹ ਜਿਹੜਾ ਆਪਦਾ ਮੈਂਬਰਾਂ ਨੂੰ ਬਣਾਉਂਦੀ ਹੈ ਲੀਗਲ ਹੋਣਾ ਚਾਹੀਦਾ। ਅਤੇ ਕੋਈ ਵੀ ਜਿਹੜੀ ਪਾਰਟੀ ਹੈ ਕਹਿੰਦੀ ਕੁਛ ਹੈ, ਕਰਦੀਆਂ ਮਗਰੋਂ ਕੁਛ ਹੈ। ਇਹੋ ਜਿਹਾ ਕੈਂਡੀਡੇਟ ਚਾਹੀਦਾ ਜਿਹੜਾ ਡਿਵੈਲਪਮੈਂਟ ਵਾਲੇ ਪਾਸੇ ਜਾਵੇ, ਸੁੱਖ ਸ਼ਾਂਤੀ ਦੇ ਮਾਹੌਲ ਪਾਲਦੇ ਆ। ਪੁੱਛਦਾ ਹੀ ਨਹੀਂ ਕੋਈ ਵੀ ਲੀਡਰ ਆ ਕੇ, ਗਰੀਬ ਦੇ ਤਾਂ ਦੇਣ ਆਉਂਦੇ ਹੀ ਨਹੀਂ। ਜੇ ਲਿਆਊਗੀ ਸਰਕਾਰ ਦੇਣ ਤਾਂ ਵੋਟ ਖੁਸ਼ ਹੋ ਕੇ ਪਾਵਾਂਗੇ, ਕਹਿੰਦੇ ਹੁਣ ਸਤੇ ਪਏ ਆ ਭਰਾ। ਜਿਹੜੇ ਚਿੱਟੇ ਚੁੱਟੇ ਬੰਦ ਹੋਣ, ਨਸ਼ੇ ਬੰਦ ਹੋਣ, ਸਾਨੂੰ ਉਹ ਬੰਦਾ ਸਹੀ ਚਾਹੀਦਾ ਜੀ। ਲੋਕ ਸਭਾ ਚੋਣਾਂ ਦੇ ਚੱਲਦਿਆਂ ਆਵਾਮ ਦੀ ਆਵਾਜ਼ ਪ੍ਰੋਗਰਾਮ ਦੇ ਤਹਿਤ ਅਸੀਂ ਅੱਜ ਗੱਲ ਕਰਦੇ ਹਾਂ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕਾਂ ਨਾਲ। ਕਿਹੋ ਜਿਹਾ ਉਮੀਦਵਾਰ ਚਾਹੁੰਦੇ ਆ ਉਹ, ਕਿਹੜੇ ਉਹਨਾਂ ਦੇ ਮੁੱਦੇ ਹੈਗੇ ਆ, ਕਿਹੜੇ ਕੰਮ ਉਹਨਾਂ ਦੇ ਹੋਏ ਆ ਜਾਂ ਨਹੀਂ ਹੋਏ, ਆਓ ਫਰੀਦਕੋਟ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਲੋਕ ਸਭਾ ਚੋਣਾਂ ਜਿਹੜੀਆਂ ਆ ਗਈਆਂ ਹੈਗੀਆਂ, ਉਮੀਦਵਾਰ ਹਰੇਕ ਪਾਰਟੀ ਨੇ ਆਪਦਾ ਉਤਾਰ 'ਤੇ ਹੈਗੇ ਆ, ਕਿਹੋ ਜਿਹਾ ਕੈਂਡੀਡੇਟ ਭਾਲਦੇ ਹੋ ਤੁਸੀਂ ਜਿਹੜਾ ਆਪਣੀ ਜਾ ਕੇ ਫਰੀਦਕੋਟ ਹਲਕੇ ਦੀ ਨੁਮਾਇੰਦਗੀ ਕਰੇ? ਵੇਖੋ ਜੀ, ਅਸੀਂ ਤਾਂ ਇਹ ਚਾਹੁੰਦੇ ਹਾਂ ਵੀ, ਪਹਿਲੀ ਗੱਲ ਤਾਂ ਅਸੀਂ ਇਹ ਚਾਹੁੰਦੇ ਹਾਂ ਵੀ ਕੋਈ ਵੀ ਜਿਹੜੀ ਪਾਰਟੀ ਹੈ ਨਾ, ਇਹ ਜਿਹੜਾ ਆਪਦਾ ਮੈਂਬਰਾਂ ਨੂੰ ਬਣਾਉਂਦੀ ਹੈ ਲੀਗਲ ਹੋਣਾ ਚਾਹੀਦਾ, ਤਾਂ ਕਿ ਜਿਹੜੀ ਵੀ ਪਾਰਟੀ ਜਿਹੜਾ ਵੀ ਕੋਈ ਆਪਦਾ ਮੈਂਬਰਾਂ ਨੂੰ ਬਣਾਉਂਦੀ ਹੈ ਲੋਕਾਂ 'ਚ ਪੇਸ਼ ਕਰਦੀ ਵੀ ਅਸੀਂ ਆਹ ਕਰਾਂਗੇ ਆਹ ਕਰਾਂਗੇ, ਉਹ ਜਿੱਤਣ ਤੋਂ ਬਾਅਦ ਵੀ ਭੱਜ ਨਾ ਸਕੇ, ਉਹ ਉਹਨਾਂ 'ਤੇ ਇੰਪਲੀਮੈਂਟ ਕਰਨਾ ਹੀ ਪੈਣ ਲੱਗੂ ਸਰਕਾਰ 'ਤੇ। ਇਹ ਕੋਈ ਵੀ ਜਿਹੜੀ ਪਾਰਟੀ ਹੈ ਕਹਿੰਦੀ ਕੁਛ ਹੈ, ਕਰਦੀਆਂ ਮਗਰੋਂ ਕੁਛ ਹੈ, ਇਹ ਤਾਂ ਕਰਦੀਆਂ ਤਾਂ ਸਾਰੀਆਂ ਜਿਵੇਂ ਹੈ ਜੀ। ਕਿਹੋ ਜਿਹਾ ਉਮੀਦਵਾਰ ਜਿਹੜਾ ਫਰੀਦਕੋਟ ਦੀ ਨੁਮਾਇੰਦਗੀ ਵਾਸਤੇ ਭਾਲ ਦਿਓ? ਦੇਖੋ ਜੀ, ਜੋ ਲੋਕਾਂ ਦਾ ਵਧਣਾ ਵਾਧ, ਲੋਕਾਂ ਦੇ ਵਾਅਦੇ ਕਰਦੇ ਜੋ ਉਹਨਾਂ ਵਾਧੇ ਦਾ ਖਰੇ ਉਤਰਨ, ਲੋਕਾਂ ਦਾ ਜੋ ਕੰਮ ਪੈਂਡਿੰਗ ਰਹਿੰਦੇ ਜਾਂ ਜੋ ਕਹਿੰਦੇ ਸੀ ਕੰਮ ਕਰਾਵਾਂਗੇ ਉਹ ਕੰਮ ਕਰਾਉਣੇ ਚਾਹੀਦੇ ਆ, ਅਸੀਂ ਉਹ ਪਲਟ ਸਾਥ ਦੇਵਾਂਗੇ। ਤੁਸੀਂ ਕੀ ਕਹਿਣਾ ਚਾਹੋਗੇ, ਕਿਹੋ ਜਿਹਾ ਉਮੀਦਵਾਰ ਭਾਲ ਦਿਓ? ਉਮੀਦਵਾਰ ਸਾਫ਼ ਸੁਥਰਾ ਅਤੇ ਵਧੀਆ ਹੋਵੇ ਜੀ ਬਸ, ਪਰ ਹੈ ਨਹੀਂ ਦੁਨੀਆ ਇੱਥੇ ਕੋਈ ਲੱਗਦਾ ਹਿਸਾਬ ਨਾਲ ਕਿਤੇ ਵੀ, ਬਸ ਇੰਨਾ ਹੀ ਬਹੁਤ ਹੈ ਜੀ। ਕੰਮਕਾਰ ਕੀ ਹੈ ਫਰੀਦਕੋਟ ਦੇ ਮੇਨ ਮੁੱਦੇ? ਕੰਮ ਤਾਂ ਜੀ ਬਸ ਆ ਸੀਵਰੇਜ ਚੰਗੀ ਤਰ੍ਹਾਂ ਚੱਲ ਪੈਣ, ਜਿਹੜੇ ਬਣੇ ਪਏ ਆ, ਜਿਹੜੀ ਡਿਵੈਲਪਮੈਂਟ ਹੋ ਜਾਵੇ ਰਹਿੰਦੀ ਜੀ ਬਸ ਬਸ। ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੈਗੀਆਂ ਆਪਣੀਆਂ ਆ ਗਈਆਂ ਹੈਗੀਆਂ, ਕੈਂਡੀਡੇਟ ਆਪਣੇ ਆ ਗਏ ਆ ਦੋ, ਜਿਹੜੇ ਸੈਲੀਬ੍ਰਿਟੀ ਵੀ ਆਏ ਆ, ਕਲਾਕਾਰ ਵੀ ਆਏ ਹੈਗੇ ਆ ਦੋ, ਹੈ ਨਾ, ਜਿਹੜੇ ਕੈਂਡੀਡੇਟ ਪਾਰਟੀਆਂ ਨੇ ਅਨਾਊਂਸ ਕਰਤੇ ਆ, ਕਿਹੋ ਜਿਹਾ ਹੋਣਾ ਚਾਹੀਦਾ ਜਿਹੜਾ ਆਪਾਂ ਉੱਥੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜੀਏ ਜਿਹੜਾ ਫਰੀਦਕੋਟ ਹਲਕੇ 'ਤੇ ਕੰਮ ਕਰੇ? ਜਿਹੜਾ ਕੰਮ ਕਰੇ ਉਹੀ ਬਣਾਉਣਾ ਚਾਹੀਦਾ ਆਪਾਂ ਨੂੰ, ਸਾਨੂੰ ਤਾਂ ਕਿ ਰਾਹੁਲ ਗਾਂਧੀ ਜੱਜਦਾ ਹੈਗਾ ਕਿ ਹਾਂ ਵੀ ਕਾਂਗਰਸ ਸਰਕਾਰ ਆਉਣੀ ਚਾਹੀਦੀ ਹੈਗੀ, ਹਾਂ ਕਾਂਗਰਸ ਸੈਂਟਰ ਦੀ ਸਰਕਾਰ ਚਾਹੀਦੀ ਸਾਨੂੰ। ਤੁਸੀਂ ਕੀ ਕੰਮ ਕਰਦੇ ਹੋ? ਤੁਸੀਂ ਕੀ ਕੰਮ ਕਰਦੇ? ਮਿਸਤਰੀਆਂ ਦਾ। ਮਿਸਤਰੀਆਂ ਦਾ? ਅਤੇ ਕਿਹੋ ਜਿਹੀ ਜਿਹੜਾ ਭਾਲਦੇ ਹੋ ਜਿਹੜਾ ਆਪਦਾ ਉਮੀਦਵਾਰ ਹੈ, ਵੋਟਾਂ ਆ ਗਈਆਂ, ਵੋਟਾਂ ਦਾ ਤਾਂ ਪਤਾ ਨਾ, ਕਿਹੋ ਜਿਹਾ ਉਮੀਦਵਾਰ ਭਾਲਦੇ ਹੋ ਜਿਹੜਾ ਵੋਟ ਪਾਉਂਦਾ ਹੀ ਨਹੀਂ ਕਦੇ? ਕਿਉਂ ਨਹੀਂ ਪਾਉਂਦੇ? ਨਹੀਂ ਪਾਉਂਦਾ। ਕਾਰਨ ਕੀ ਆ? ਕਿਉਂ ਨਹੀਂ ਪਾਉਂਦੇ? ਵੋਟ ਕਰਦੇ ਕੁਛ ਨਹੀਂ ਕਰਦੇ, ਦਿਹਾੜੀ ਨਹੀਂ ਵਧਾਉਂਦੇ। ਬਿਲਕੁਲ, ਜਿਹੜੇ ਕਾਮੇ ਲੋਕ ਹੈਗੇ ਆ ਉਹ ਕਹਿੰਦੇ ਦਿਹਾੜੀ ਨਹੀਂ ਵਧਾਉਂਦੇ। ਕੀ ਨਾਮ ਆ ਤੁਹਾਡਾ? ਬਲਜੀਤ ਸਿੰਘ। ਬਲਜੀਤ, ਆ ਗਈਆਂ ਵੋਟਾਂ, ਆ ਗਈਆਂ, ਕੈਂਡੀਡੇਟ ਵੀ ਆ ਗਏ ਆ, ਕਿਹੋ ਜਿਹਾ ਉਮੀਦਵਾਰ ਭਾਲਦੇ? ਉਮੀਦਵਾਰ ਚੰਗਾ ਚਾਹੀਦਾ ਜਿਹੜਾ ਨਾ ਕਿ ਲੋਕਾਂ ਦਾ ਕੰਮ ਕਰੇ, ਹੋਰ ਕੀ ਚਾਹੀਦਾ ਬਸ। ਜਿਹੜੇ ਚਾਰ ਉਮੀਦਵਾਰ ਆਏ ਆ, ਇਹਨਾਂ 'ਚੋਂ ਕੀ ਲੱਗਦਾ ਵੀ ਕਿਹੜਾ ਜਿੱਤ ਕੇ ਜਾਣਾ ਚਾਹੀਦਾ ਜਿਹੜਾ ਸਾਡੇ ਕੰਮ ਕਰੂਗਾ? ਇਸ ਵੇਲੇ ਤਾਂ ਕਿਸੇ ਦਾ ਕੋਈ ਭਰੋਸਾ ਨਹੀਂ ਇਹਨਾਂ ਦਾ, ਇਹ ਤਾਂ ਬਸ ਜਿੱਤੇ ਤੋਂ ਬਾਅਦ ਹੀ ਪਤਾ ਲੱਗਦਾ ਕਿ ਕਿੱਦਾਂ ਵੀ ਤੱਕੜੀ ਦਾ ਪੱਲਾ ਕਿਹਦੇ ਪਾਸੇ ਭਾਰੀ ਪੈਂਦਾ ਬਸ। ਚਲੋ ਜੀ, ਆਓ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਜਿਹੜੇ ਹੈਗੇ ਆ, ਕੀ ਨਾਮ ਹੈ ਤੁਹਾਡਾ? ਰਾਜਕੁਮਾਰ ਅਨੇਜਾ ਜੀ। ਅਨੇਜਾ ਸਾਹਿਬ, ਕਿਹੋ ਜਿਹਾ ਕੈਂਡੀਡੇਟ ਭਾਲਦੇ ਹੋ ਜਿਹੜਾ ਸਾਡੀ ਨੁਮਾਇੰਦਗੀ ਕਰੇ ਜਾ ਕੇ ਮੈਂਬਰ ਜਿਹੜਾ ਹੈਗਾ ਲੋਕ ਸਭਾ ਦਾ ਬਣੇ? ਦੇਖੋ ਵੀਰ ਜੀ, ਜੋ ਡਿਵੈਲਪਮੈਂਟ ਵਾਲੇ ਪਾਸੇ ਜਾਵੇ, ਜੋ ਕਿ ਜਿਵੇਂ ਕਿ ਹੁਣ ਦੇਖਦੇ ਹਾਂ ਕਿ ਵੀ ਇੱਥੇ ਡਿਵੈਲਪਮੈਂਟ ਦੀ ਲੋੜ ਹੈ ਸ਼ਹਿਰ ਦੇ ਵਿੱਚ, ਔਰ ਹੋਰ ਵੀ ਕਈ ਚੀਜ਼ਾਂ ਦੀ ਜਿਹੜੀ ਘਾਟ ਹੈਗੀ ਹੈ,
ਉਸ ਕਰਕੇ ਨਾ ਇਹੋ ਜਿਹਾ ਕੈਂਡੀਡੇਟ ਚਾਹੀਦਾ ਜਿਹੜਾ ਡਿਵੈਲਪਮੈਂਟ ਵਾਲੇ ਪਾਸੇ ਜਾਵੇ ਔਰ 5 ਸਾਲ ਇੱਥੇ ਹੀ ਰਹੇ। ਜਿਹੜੇ ਫਰੀਦਕੋਟ ਦੇ ਕੀ ਮੁੱਦੇ ਹੈਗੇ ਆ, ਕਿਹੜੇ ਕੰਮ ਜਿਹੜੇ ਹੈਗੇ ਆ ਉਹਨਾਂ ਨੂੰ ਲੈ ਕੇ ਤੁਸੀਂ ਬੰਦਾ ਚੁਣਨਾ ਚਾਹੁੰਦੇ ਹੋ? ਦੇਖੋ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਜ਼ਿਆਦਾ ਮੁੱਦੇ ਹੈਗੇ ਆ, ਜਿਵੇਂ ਕਿ ਆਪਣੀ ਸ਼ੂਗਰ ਮਿੱਲ ਬੰਦ ਪਈ ਹੈ, ਸ਼ੂਗਰ ਮਿੱਲ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਹੈਗਾ, ਔਰ ਮੈਡੀਕਲ ਕਾਲਜ ਦੇ ਵਿੱਚ ਜਿਵੇਂ ਹੁਣ ਚੰਗੇ ਡਾਕਟਰ ਸੀਗੇ ਜਿਹੜੇ ਕਿ ਹੁਣ ਇੱਥੋਂ ਚਲੇ ਗਏ, ਏਮਸ ਦੇ ਵਿੱਚ ਚਲੇ ਗਏ, ਉੱਥੇ ਜ਼ਿਆਦਾ ਪੇਸ਼ੈਂਟ ਜਾਣ ਲੱਗ ਪਏ। ਇਹ 2-4 ਮੁੱਦੇ ਹੈਗੇ ਆ ਜਿਨ੍ਹਾਂ ਕਰਕੇ ਇੱਥੇ ਡਿਵੈਲਪਮੈਂਟ ਦੀ ਬਹੁਤ ਜ਼ਿਆਦਾ ਲੋੜ ਹੈ। ਦੇਖਿਆ ਜਾਵੇ ਤਾਂ ਬਾਬਾ ਫਰੀਦ ਜੀ ਦੀ ਨਗਰੀ ਹੈ, ਇੱਥੇ ਬਹੁਤ ਜ਼ਿਆਦਾ ਡਿਵੈਲਪਮੈਂਟ ਦੀ ਲੋੜ ਹੈ, ਔਰ ਇਸ ਕਰਕੇ ਮੈਂ ਚਾਹੁੰਦਾ ਕਿ ਜਿਵੇਂ ਕੋਈ ਚੰਗਾ ਕੈਂਡੀਡੇਟ ਜਿਹੜਾ। 2 ਸੈਲੀਬ੍ਰਿਟੀ ਵੀ ਐਤਕੀ ਕੈਂਡੀਡੇਟ ਆਏ, ਉਹਨਾਂ ਬਾਰੇ ਕੀ ਕਹਿਣਾ? ਦੇਖੋ ਸੈਲੀਬ੍ਰਿਟੀ ਹੈਗੇ ਆ ਦੋਵੇਂ ਅਜ਼ੀਜ਼ ਆ ਸਾਡੇ, ਅਨਮੋਲ ਜੀ ਹੈਗੇ ਆ, ਅੰਸਰਾਜ ਅੰਸ਼ੀ ਹੈਗੇ ਆ, ਇਹ ਦੇਖੋ ਇਹ ਵੀ ਆਏ ਹੈਗੇ ਆ, ਇਹਨਾਂ ਦਾ ਆਪਦੇ ਜੇ ਤਾਂ ਦੇਖਿਆ ਜਾਵੇ ਤਾਂ ਗੱਲ ਇਹੀ ਹੈ ਕਿ ਇੱਥੇ ਰਹਿ ਕੇ ਕੰਮ ਕਰਨਗੇ, ਔਰ ਇਸ ਦੀ ਜਿਹੜੀ ਫਰੀਦਕੋਟ ਦੀ ਆਵਾਜ਼ ਹੈ ਇਹਨੂੰ ਉੱਪਰ ਤੱਕ ਉਠਾਉਣਗੇ, ਸੰਸਦ ਦੇ ਵਿੱਚ ਉਠਾਉਣਗੇ, ਤਾਂ ਕਿ ਇੱਥੋਂ ਦੀ ਡਿਵੈਲਪਮੈਂਟ ਹੋ ਸਕੇ। ਇਸ ਕਰਕੇ ਮੈਂ ਚਾਹੁੰਦਾ ਕਿ ਡਿਵੈਲਪਮੈਂਟ ਦੇ ਆਧਾਰ 'ਤੇ ਦੇਖੋ ਸਾਨੂੰ ਕਿਸੇ ਨਾਲ ਇਹ ਨਹੀਂ ਹੈ ਕਿ 2 ਸੈਲੀਬ੍ਰਿਟੀ ਹੈਗੇ ਆ, ਮੋਸਟ ਵੈਲਕਮ ਆਏ ਆ ਵਧੀਆ, ਔਰ ਉਹਨਾਂ ਦਾ ਜੋ ਪਿਛੋਕੜ ਹੈਗਾ ਉਹ ਵੀ ਚੰਗਾ ਹੈਗਾ। ਦੇਖਿਆ ਜਾਵੇ ਤਾਂ ਦੋਵੇਂ ਆਪਦੀ ਮਿਹਨਤ ਵੀ ਕਰ ਰਹੇ ਹੈਗੇ ਆ, ਇਸ ਕਰਕੇ ਜੋ ਕੰਮ ਕਰੇਗਾ ਉਹ ਆਵੇ ਤਾਂ ਸਾਨੂੰ ਬੈਟਰ ਲੱਗੇਗਾ। ਬਿਲਕੁਲ, ਜੋ ਕੰਮ ਕਰੇਗਾ ਉਹ ਜਿਹੜਾ ਹੈਗਾ ਉਹ ਆਉਣਾ ਚਾਹੀਦਾ ਹੈਗਾ, ਮੈਂਬਰ ਪਾਰਲੀਮੈਂਟ ਬਣਨਾ ਚਾਹੀਦਾ ਫਰੀਦਕੋਟ ਲੋਕ ਸਭਾ ਹਲਕੇ ਤੋਂ, ਤਾਂ ਵੱਖ ਵੱਖ ਜਿਹੜੇ ਸਾਨੂੰ ਵਿਚਾਰ ਜਿਹੜੇ ਹੈਗੇ ਆ ਉਹ ਸਾਨੂੰ ਸੁਣਨ ਨੂੰ ਮਿਲ ਰਹੇ ਹੈਗੇ ਆ ਵੀ ਲੋਕ ਕੀ ਚਾਹੁੰਦੇ ਹੈਗੇ ਆ, ਕਿਹੋ ਜਿਹਾ ਮੈਂਬਰ ਪਾਰਲੀਮੈਂਟ ਚਾਹੁੰਦੇ ਆ, ਕਿਉਂਕਿ ਲੋਕਾਂ ਦੀਆਂ ਖੁਆਇਸ਼ਾਂ ਹੈਗੀਆਂ, ਕੰਮਕਾਰ ਹੈਗੇ ਆ। ਕੀ ਕਹਿਣਾ ਚਾਹੋਗੇ, ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ, ਕੈਂਡੀਡੇਟ ਪਾਰਟੀਆਂ ਨੇ ਅਨਾਊਂਸ ਕਰਤੇ ਆ, ਕਿਹੋ ਜਿਹਾ MP ਭਾਲਦੇ ਹਾਂ ਆਪਾਂ ਫਰੀਦਕੋਟ ਦੀ ਜਿਹੜਾ ਨੁਮਾਇੰਦਗੀ ਕਰੇ? ਪਾਰਲੀਮੈਂਟ ਦੇ ਵਿੱਚ ਤਾਂ ਜੀ ਜਿਹੜਾ ਮੈਂਬਰ ਫਰੀਦਕੋਟ ਨੂੰ ਜਾਣਾ ਚਾਹੀਦਾ ਉਹ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਜਿਹੜੀ ਫਰੀਦਕੋਟ ਦੀ ਸਮੱਸਿਆ ਉਹਨੂੰ ਉੱਥੇ ਜਾ ਕੇ ਪਾਰਲੀਮੈਂਟ ਦੀ ਬਹਿਸ 'ਚ ਹਿੱਸਾ ਲੈ ਸਕੇ। ਉਹ ਕੋਈ ਪਾਰਲੀਮੈਂਟ ਦਾ ਮੈਂਬਰ ਇੱਥੋਂ ਨਹੀਂ ਜਾਣਾ ਚਾਹੀਦਾ ਫਰੀਦਕੋਟ ਤੋਂ, ਜਿਹੜਾ ਉੱਥੇ ਜਾ ਕੇ ਸੌਂ ਜੇ ਅਤੇ ਕੋਈ ਸਵਾਲ ਜਵਾਬ ਨਾ ਕਰੇ, ਉਹਦਾ ਕੋਈ ਫਾਇਦਾ ਨਹੀਂ। ਮੁੱਦੇ ਦੱਸ ਸਕਦੇ ਹੋ ਫਰੀਦਕੋਟ ਦੇ, ਕਿਉਂਕਿ ਤੁਹਾਡੀ ਸਾਰੀ ਉਮਰ ਇੱਥੇ ਬੀਤ ਗਈ ਮੰਡੀ ਦੇ ਵਿੱਚ, ਮੁੱਦੇ ਕੀ ਹੁਣ ਤੱਕ ਹੱਲ ਹੋਏ ਆ ਜਾਂ ਕਿਹੜੇ ਮੁੱਦੇ ਹਜੇ ਪੈਂਡਿੰਗ ਪਏ ਆ? ਪਾਰਲੀਮੈਂਟ ਦੇ ਇਲੈਕਸ਼ਨ 'ਤੇ ਜੀ ਕੋਈ ਮੁੱਦੇ ਨਹੀਂ ਹੁੰਦੇ, ਸਹੀ ਮੈਨੇ ਤਾਂ ਵਪਾਰੀਆਂ ਦੇ ਇਹ ਸਟੇਟਾਂ ਨਾਲ ਸੰਬੰਧਿਤ ਹੁੰਦੇ ਆ। ਸਾਡਾ ਮਸਲਾ GST ਦਾ ਹੁੰਦਾ, ਉਹ ਸਟੇਟ ਨਾਲ ਸੰਬੰਧਿਤ ਹੈ ਵਪਾਰੀ ਦਾ। ਵਪਾਰੀ ਨੇ GST ਦਾ ਸਰਕਾਰ ਦਾ ਖਜ਼ਾਨਾ ਭਰਤਾ, ਇੰਨਾ ਜ਼ਿਆਦਾ GST ਦਿੱਤਾ ਪਿਛਲੇ ਮਹੀਨੇ, 2 ਕਰੋੜ ਤੋਂ ਉੱਤੇ GST ਦਿੱਤਾ ਇੱਕ ਮਹੀਨੇ 'ਚ, ਜਿਹਦਾ ਇੱਕ ਰਿਕਾਰਡ ਹੈ। ਵਪਾਰੀ ਗੌਰਮੈਂਟ ਨੂੰ ਵੱਧ ਤੋਂ ਵੱਧ ਟੈਕਸ ਦਿੰਦਾ ਅਤੇ ਕਦੇ ਗੌਰਮੈਂਟ ਤੋਂ ਕੋਈ ਸਹੂਲਤ ਵੀ ਨਹੀਂ ਮੰਗਦਾ, ਕਦੇ ਅਸੀਂ ਵਪਾਰੀ ਕਿਸੇ ਗੱਲ ਪਿੱਛੇ ਕੋਈ ਮੁਜ਼ਾਹਰਾ ਨਹੀਂ ਕਰਦੇ, ਕੋਈ ਗੌਰਮੈਂਟ ਦੇ ਖਿਲਾਫ਼ ਧਰਨੇ ਨਹੀਂ ਦਿੰਦੇ, ਕੋਈ ਬੰਦ ਦੀ ਕਾਲ ਨਹੀਂ ਦਿੰਦੇ। ਅਸੀਂ ਸਿਰਫ ਆਪਦੇ ਸ਼ਹਿਰਾਂ ਦੇ ਵਿੱਚ ਸੁੱਖ ਸ਼ਾਂਤੀ ਦੇ ਮਾਹੌਲ ਪਾਲਦੇ ਹਾਂ ਵੀ ਸ਼ਾਂਤੀ ਦਾ ਮਾਹੌਲ ਰਹੇ, ਸਾਡਾ ਵਪਾਰ ਚੱਲੇ, ਸਾਨੂੰ ਟੈਕਸ ਦੇਣ ਤੋਂ ਕੋਈ ਇਤਰਾਜ਼, ਜਿੰਨਾ ਮਰਜ਼ੀ ਗੌਰਮੈਂਟ ਸਾਡੇ ਤੋਂ ਟੈਕਸ ਲਵੇ ਪਰ ਸੁੱਖ ਸ਼ਾਂਤੀ। ਹਾਂ ਬਿਲਕੁਲ, ਸ਼ਾਂਤੀ ਦੀ ਗੱਲ ਆਈ ਹੈਗੀ ਹੈ ਕਿ ਕਾਨੂੰਨ ਵਿਵਸਥਾ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਸਹੀ ਤਰੀਕੇ ਨਾਲ ਚੱਲੇ, ਔਰ ਜਿਹੜੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ, ਵੱਖ ਵੱਖ ਜਿਹੜੇ ਹੈਗੇ ਆ ਵਿਚਾਰ ਹੈਗੇ ਆ ਸਾਨੂੰ ਸੁਣਨ ਨੂੰ ਮਿਲ ਰਹੇ ਹੈਗੇ ਆ। ਇੱਕ ਪਾਸੇ ਕਹਿ ਰਹੇ ਹੈ ਕਿ ਜਿਹੜਾ ਵਿਕਾਸ ਅਸੀਂ ਮੰਨਦੇ ਹਾਂ ਕਿ ਕੁਛ ਪਰਸੈਂਟ ਵਿਕਾਸ ਹੋਇਆ, ਔਰ ਦੂਸਰੇ ਪਾਸੇ ਇਹ ਗੱਲ ਕਹੀ ਜਾ ਰਹੀ ਹੈਗੀ ਆ ਕਿ ਲਾਰੇ ਲਾ ਕੇ ਸਾਨੂੰ ਜਿਹੜੇ ਹੈਗੇ ਆ ਉਹ ਚਲੇ ਜਾਂਦੇ ਹੈਗੇ ਆ। ਔਰ ਲੋਕ ਸਭਾ ਚੋਣਾਂ ਦੇ ਜੀ ਗੱਲ ਜਿਹੜੀ ਚੱਲ ਰਹੀ ਹੈਗੀ ਆ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ,
ਤਕਰੀਬਨ 9 ਵਿਧਾਨ ਸਭਾ ਹਲਕੇ ਜਿਹੜੇ ਹੈਗੇ ਆ ਉਹ ਪੈਂਦੇ ਹੈਗੇ ਆ, ਜਿਹਦੇ ਵਿੱਚ ਕਿ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਜਿਹੜਾ ਹੈਗਾ ਆਪਣਾ ਗਿੱਦੜਵਾਹਾ ਔਰ ਰਾਮਪੁਰਾ ਉਹ ਵੀ ਪੈਂਦਾ ਹੈਗਾ। ਕੀ ਨਾਮ ਹੈ ਤੁਹਾਡਾ? ਰਜਿੰਦਰ ਕੁਮਾਰ। ਰਜਿੰਦਰ ਜੀ, ਵੋਟਾਂ ਆ ਗਈਆਂ, ਕੈਂਡੀਡੇਟ ਪਾਰਟੀਆਂ ਨੇ ਕਹਿਤੇ ਆ ਵੀ ਆਹ ਪਾਰਟੀ ਸਾਡਾ ਬੰਦਾ ਲੜੂਗਾ, ਕੀ ਲੱਗਦਾ ਵੀ ਇਹਨਾਂ 'ਚੋਂ ਕਿਹੜਾ ਜਿੱਤਣਾ ਚਾਹੀਦਾ ਜਿਹੜਾ ਜਾ ਕੇ ਸਾਡੀਆਂ ਗੱਲਾਂ ਕਰੇ? ਜਿਹੜਾ ਸਾਡੀਆਂ ਗੱਲਾਂ ਕਰੇ, ਸਾਡੇ ਨਾਲ ਗਰੀਬ ਬੰਦੇ ਦੀ ਹਮਦਾਇਤ ਕਰੇ, ਉਹ ਕਾਂਗਰਸ ਪਾਰਟੀ ਦੇ ਉੱਤੇ ਕੋਈ ਭੀੜ ਨਹੀਂ ਹੈ। ਹਾਂਜੀ, ਸਭ ਨਾਲ ਗਰੀਬ ਅਤੇ ਮਾਤਰ ਬੰਦੇ ਵਾਸਤੇ ਕਾਂਗਰਸ ਪਾਰਟੀ ਸਾਡਾ ਬੈਟਰ ਆ। ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ। ਔਰ ਫਰੀਦਕੋਟ ਦੇ ਕੁਛ ਪਤਾ, ਕੁਝ ਵਿਕਾਸ ਦੇ ਕਿਹੜੇ ਕੰਮ ਜਿਹੜੇ ਹੈਗੇ ਹੁਣ ਤੱਕ ਹੋਏ ਆ ਜਾਂ ਹੋਣ ਵਾਲੇ ਆ? ਮੁਹੰਮਦ ਸਦੀਕ ਸਾਹਿਬ ਨਾਲ ਵੱਡੇ ਵਿਕਾਸ ਕਰਕੇ ਗਏ ਸਾਡਾ ਵੱਡਾ। ਠੀਕ ਹੈ ਜੀ, ਮੁਹੰਮਦ ਸਦੀਕ ਜੀ ਦਾ ਨਾਂ ਰਿਹਾ ਵੀ ਬਹੁਤ ਵੱਡਾ ਜਿਹੜਾ ਹੈਗਾ ਵਿਕਾਸ ਕੀਤਾ ਹੈਗਾ। ਦੁਕਾਨਦਾਰ ਭਰਾਵਾਂ ਤੋਂ ਹੋਰ ਆਪਾਂ ਵਿਚਾਰ ਲੈਂਦੇ ਹੈਗੇ ਹਾਂ। ਇਲੈਕਸ਼ਨ ਆ ਗਈਆਂ, ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨ ਆ ਗਈਆਂ, ਅਨਾਊਂਸ ਹੋ ਗਏ ਕੈਂਡੀਡੇਟ, ਕਿਹੋ ਜਿਹਾ ਭਾਲਦੇ ਹਾਂ ਆਪਾਂ ਕੈਂਡੀਡੇਟ ਵੀ ਫਰੀਦਕੋਟ ਦਾ ਜਿਹੜਾ ਵਿਕਾਸ ਕਰੇ ਜਾਂ ਕਿਹੜਾ ਆਪਣੀ ਨੁਮਾਇੰਦਗੀ ਕਰੇ ਜਾ ਕੇ? ਅਸੀਂ ਤਾਂ ਫਿਰ ਇਹੀ ਕੁਛ ਭਾਲਦੇ ਹਾਂ, ਜਿਹੜਾ ਫਰੀਦਕੋਟ ਦੀ ਜਿਹੜੀ ਸਥਿਤੀ ਹੈ ਇਸ ਟਾਈਮ ਬਹੁਤ ਪਿਛੋਕੜ ਸਥਿਤੀ ਬਣੀ ਹੋਈ ਹੈ, ਉਹਨੂੰ ਗਾਂਹ ਲੈ ਕੇ ਜਾਵੇ। ਐਮ ਪੀ ਫੰਡ 'ਚੋਂ ਫੰਡ ਲਿਆਉਣ, ਇੱਥੋਂ ਦੀਆਂ ਜਿਹੜੀਆਂ ਕੋਈ ਬਹੁਤ ਕ੍ਰਿਤੀਆਂ ਆਪਣੇ ਪੰਜਾਬ 'ਚ ਦੀਆਂ, ਆਪਣੇ ਹਿੰਦੁਸਤਾਨ ਦੀਆਂ ਜਾਂ ਇੱਥੇ ਜਿਹੜੀਆਂ ਫਰੀਦਕੋਟ ਦੀਆਂ, ਉਹਨੂੰ ਦੂਰ ਕਰੇ, ਲੋਕਾਂ ਦੀ ਗੱਲ ਸੁਣੀ ਜਾਵੇ ਬਸ। ਭਲਾਂ ਦੀ ਉਹ ਆਮ ਆਦਮੀ ਪਾਰਟੀ ਦਾ ਹੋਵੇ, ਭਲਾਂ ਦੀ ਉਹ ਬੀਜੇਪੀ ਦਾ ਹੋਵੇ, ਭਲਾਂ ਦੀ ਉਹ ਕਾਂਗਰਸ ਦਾ ਹੋਵੇ, ਅਸੀਂ ਤਾਂ ਮੰਨਦੇ ਹਾਂ ਸਾਡਾ ਭਰਾ ਹੋਵੇ ਬਸ। ਇਸ ਵਾਰ ਵੋਟਾਂ ਦੇ ਵਿੱਚ ਦਲ ਬਦਲੂਆਂ ਦਾ ਬੜਾ ਕੰਮ ਚੱਲ ਰਿਹਾ, ਉੱਧਰ ਚਲਾ ਗਿਆ ਉੱਧਰ ਚਲਾ ਗਿਆ, ਹੁਣ ਅਸੀਂ ਫਰੀਦਕੋਟ ਦੀ ਗੱਲ ਕਰਦੇ ਹਾਂ ਵੀ ਕਿਹੋ ਜਿਹਾ ਬੰਦਾ ਭਾਲਦੇ ਹਾਂ ਜਿਹੜਾ ਸਾਡੀ ਜਾ ਕੇ ਨੁਮਾਇੰਦਗੀ? ਮੈਂ ਇਹਨਾਂ ਨਾਲ ਸਹਿਮਤ ਹਾਂ ਜੀ ਸਿੰਗਲਾ ਜੀ ਨਾਲ ਕਿ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਜੀ, ਜਾਂ ਇੱਕ ਦਲ ਬਦਲੂ ਨਹੀਂ ਹੋਣਾ ਜੀ, ਇੱਕ ਸਟੈਂਡ ਤਾਂ ਲਵੇ ਨਾ ਜੀ ਕੋਈ ਸ਼ਹਿਰ ਦੇ ਵਿਕਾਸ ਵਾਸਤੇ ਜੀ। ਜੀ, ਸ਼ਹਿਰ ਦੇ ਵਿਕਾਸ ਵਾਸਤੇ ਕੀ ਕਹਿਣਾ ਚਾਹੋਗੇ ਕਿ ਫਰੀਦਕੋਟ ਦੇ ਕਿਹੜੇ ਕੰਮ ਆ ਹਜੇ ਜਿਹੜੇ ਨਹੀਂ ਹੋਏ ਅਤੇ ਪੈਂਡਿੰਗ? ਫਰੀਦਕੋਟ ਦੇ ਤਾਂ ਬਹੁਤ ਕੰਮ ਹੈ ਜੀ ਜਿਹੜੇ ਪੈਂਡਿੰਗ ਪਏ ਹੈ ਜੀ, ਜਿਵੇਂ ਕਿ ਆਪਣੇ ਸਾਰੀਆਂ ਤਾਂ ਸਹੂਲਤਾਂ, ਬੇਸਿਕ ਸਹੂਲਤਾਂ ਸਾਰੀਆਂ ਹੀ ਰਹਿੰਦੀਆਂ ਹਜੇ ਆਪਣੇ ਫਰੀਦਕੋਟ ਦੇ ਵਿੱਚ, ਕੋਈ ਪੁੱਛਦਾ ਹੀ ਨਹੀਂ ਕੋਈ ਵੀ ਲੀਡਰ ਆ ਕੇ ਇੱਥੇ, ਸੜਕਾਂ ਦਾ, ਸੀਵਰੇਜ ਦਾ, ਸਾਰਾ ਦਾ ਕੁਛ ਤਾਂ ਹੈ ਹੀ। ਸਭ ਤੋਂ ਮੇਨ ਮੇਜਰ ਪ੍ਰੋਬਲਮ ਸਹੀ ਹੈ, ਸਾਰੇ ਸ਼ਹਿਰ ਦੇ ਰਸਤੇ ਬੰਦ ਕੀਤੇ ਹੋਏ, ਜਦੋਂ ਕੰਮ ਖੋਲ੍ਹਣ ਤਾਂ ਇਕੱਠੇ ਖੋਲ੍ਹਣ ਸਾਰੇ। ਬਿਜ਼ਨਸਮੈਨ ਜਿਹੜੇ ਹੈਗੇ ਆ ਤੁਸੀਂ, ਜਿਹੜੇ ਵਪਾਰੀ ਭਰਾ ਹੈਗੇ ਹੋ, ਤੁਹਾਡੀਆਂ ਸਮੱਸਿਆਵਾਂ ਕੀ ਹੈਗੀਆਂ? ਸਮੱਸਿਆਵਾਂ ਤਾਂ ਬਹੁਤ ਹੈ ਜੀ ਇੱਥੇ, ਕੋਈ ਸਪੋਰਟ ਨਹੀਂ ਹੈ ਕਿਸੇ ਤਰੀਕੇ ਦੀ, ਕੋਈ ਕੁਛ ਨਹੀਂ ਹੈ। ਜਿਵੇਂ ਸਾਡਾ ਆੜਤ ਦਾ ਕੰਮ ਹੈ ਇੱਥੇ ਮੰਡੀ ਦੇ ਵਿੱਚ, ਕੋਈ ਠੇਕੇਦਾਰ ਸਿਸਟਮ ਨਹੀਂ ਹੈਗਾ, ਕੁਛ ਨਹੀਂ ਹੈ, ਕੋਈ ਪੁੱਛਦਾ ਨਹੀਂ ਹੈ ਜੀ ਇੱਥੇ ਆ ਕੇ, ਸਭ ਆਪ ਲੋਡਿੰਗ ਕਰਦੇ ਆ, ਆਪ ਅਨਲੋਡਿੰਗ ਕਰਦੇ ਆ, ਟਰਾਂਸਪੋਰਟੇਸ਼ਨ ਆਪਦੀ ਹੈ, ਕੋਈ ਲੀਡਰ ਨਹੀਂ ਆ ਕੇ ਪਹੁੰਚਦਾ ਗਾ, ਸਭ ਵਿਕੇ ਹੋਏ ਆ ਜੀ। ਸੇਠ ਸਾਹਿਬ ਸਤਿ ਸ਼੍ਰੀ ਅਕਾਲ, ਵੋਟਾਂ ਆ ਗਈਆਂ, ਕੈਂਡੀਡੇਟ ਚਾਰੇ ਅਨਾਊਂਸ ਹੋ ਗਏ ਆ, ਹੋਰ ਵੀ ਕੈਂਡੀਡੇਟ ਆਏ ਹੈਗੇ ਆ, ਕਿਹੋ ਜਿਹਾ ਉਮੀਦਵਾਰ ਭਾਲਦੇ ਹਾਂ ਜਿਹੜਾ ਜਾ ਕੇ ਸਾਡੀ ਨੁਮਾਇੰਦਗੀ ਕਰੇ? ਕੁਛ ਨਹੀਂ ਜੀ, ਕੋਈ ਉਮੀਦਵਾਰ ਨਹੀਂ ਵਧੀਆ, ਆਈ ਦਾ ਵੋਟ ਝਾੜੂ ਨੂੰ ਪਾਉਣੀ ਹੈ, ਕਿਉਂਕਿ ਉਹਨੇ ਪੰਜਾਬ ਵਿੱਚ ਹੌਲੀ ਹੌਲੀ ਸੁਧਾਰ ਹੋਊਗਾ, ਸੁਧਾਰ ਕਰ ਰਿਹਾ ਭਗਵੰਤ ਮਾਨ। ਦੇਖੋ, ਜਿਹੜੇ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਸੀ ਸਾਰੇ ਮਾਫ਼ ਕਰਤੇ, ਗਰੀਬ ਗੁਰਬ ਨੂੰ ਵੀ ਫਾਇਦਾ, ਚੰਗੇ ਆਦਮੀ ਨੂੰ ਵੀ ਫਾਇਦਾ, ਅਮੀਰ ਨੂੰ ਵੀ ਫਾਇਦਾ, ਹੋਰ ਤੋਂ ਬਾਅਦ ਸਰਕਾਰ ਕੀ ਦੇ ਦੇ, 10-10 ਹਜ਼ਾਰ ਰੁਪਇਆ ਘਰਾਂ ਦਾ ਬਿੱਲ ਆਉਂਦਾ ਸੀ। ਕਿਹੋ ਜਿਹਾ ਉਮੀਦਵਾਰ ਭਾਲਦੇ ਹੋ, ਕਿਹੜੇ ਕੰਮ ਜਿਹੜੇ ਫਰੀਦਕੋਟ ਲੋਕ ਸਭਾ ਹਲਕੇ ਦੇ ਪੈਂਡਿੰਗ ਸੀ? ਪੈਂਡਿੰਗ ਕੰਮ ਜੀ, ਪੈਂਡਿੰਗ ਰੈਡ ਲਾਈਨ ਰੋਡ ਵਾਲਾ ਕੰਮ ਪਹਿਲਾਂ ਪੈਂਡਿੰਗ ਹੈ, ਪਾਰਕਿੰਗ ਵਾਲਾ ਸਭ ਤੋਂ ਵੱਡਾ ਜਿਹੜਾ ਮੁੱਦਾ ਬਾਜ਼ਾਰ ਵਾਸਤੇ, ਇਹ ਹੋਣਾ ਜ਼ਰੂਰੀ ਹੈ। ਬਸ ਮੇਨ ਮੁੱਦਾ ਤਾਂ ਪਾਰਕਿੰਗ ਹੈ ਅਤੇ ਕੰਮ ਤਾਂ ਆਪ ਹੀ ਚੱਲ ਪੈਂਦਾ, ਬਾਕੀ ਕਿਸਾਨਾਂ ਵਾਲਾ ਨਿਬੇੜਨਾ ਚਾਹੀਦਾ ਇਹਨਾਂ ਨੂੰ। ਮਾਤਾ ਜੀ ਨਾਲ ਗੱਲ ਕਰਦੇ, ਮਾਤਾ ਜੀ ਵੋਟਾਂ ਆ ਗਈਆਂ ਅਤੇ ਵੋਟ ਪਾਉਂਗੇ? ਵੋਟ ਪਾਵਾਂਗੇ ਭਰਾਵਾ, ਕਮਰਾ ਉੱਤੇ ਡਿੱਗੀ ਜਾਂਦਾ, ਸਾਰੀ ਜ਼ਿੰਦਗੀ ਕਿਸੇ ਨੇ ਸਹੂਲਤ ਦਿੱਤੀ ਨਹੀਂ ਸਰਕਾਰ ਨੇ, ਕਿਤੇ ਵੀ ਵੋਟ ਪਾਈ ਦੀ ਹੱਸ ਕੇ ਪਾਈ ਦੀ ਹੈ।
ਬੱਤ ਬੰਨ ਕੇ ਵੋਟ ਪਾਵਾਂਗੇ, ਪਰ ਕਮਰੇ ਦਾ ਤਾਂ ਚਿੱਟੇ ਦਾ ਨਸ਼ਾ ਦਾ ਕੋਈ ਮਾੜਾ ਮੋਟਾ ਹੱਲ ਹੋਣਾ ਚਾਹੀਦਾ। ਨਸ਼ਾ ਕੀ ਨਸ਼ਾ ਨਹੀਂ ਹਜੇ ਹਟ ਬੰਦ ਹੋਇਆ? ਨਾ ਨਾ, ਨਸ਼ਾ ਤਾਂ ਦੁਨੀਆਂ ਜਿਹੜੇ ਜਵਾਕ ਲਾਈ ਜਾਂਦੇ, ਟੀਕਾ ਲਾਉਂਦਾ ਮੁੰਡਾ ਅਤੇ ਜੁੱਲੀ ਵੀ ਨਹੀਂ ਮੇਰੇ ਘਰ ਤਾਂ, ਕਮਰਾ ਤਾਂ ਹੋਣਾ ਹੀ ਕਾਹਦਾ, ਡਿੱਗੀ ਜਾਂਦਾ, ਫੋਟੋ ਲਾ ਕੇ ਲਗਾਏ ਆ, ਜੇ ਦੇਣਗੇ ਕੁਛ ਤਾਂ ਬਾਈ ਵੋਟ ਲਾਈ ਮੋਰ ਹੱਸ ਕੇ ਪਾਵਾਂਗੇ ਹੱਥ ਬੰਨ ਕੇ। ਸਾਡੇ ਨਾਲ ਆਓ, ਸ਼ਹਿਰ ਦੇ ਜਿਹੜੇ ਵਪਾਰੀ ਭਰਾ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵੋਟਾਂ ਆ ਗਈਆਂ, ਕੈਂਡੀਡੇਟ ਚਾਰੇ ਅਨਾਊਂਸ ਹੋ ਗਏ ਆ, ਕਿਹੋ ਜਿਹਾ ਬੰਦਾ ਭਾਲਦੇ ਜਿਹੜਾ ਫਰੀਦਕੋਟ ਦੀ ਆਪਣੀ ਨੁਮਾਇੰਦਗੀ ਕਰੇ ਜਾ ਕੇ? ਜਿਹੜਾ ਕੰਮ ਕਰ ਸਹੀ ਕਰੂਗਾ ਜੀ, ਉਹ ਬੰਦਾ ਸਹੀ ਹੈਗਾ। ਦੱਸੋ ਅਤੇ ਕਿਹੜੇ ਕੰਮ, ਕਿਹੜੇ ਕੰਮ ਕਹਿੰਦੇ ਹੋ? ਸ਼ਹਿਰ ਦੇ ਕੰਮ ਹੋਣ ਜੀ, ਜਿਹੜੇ ਚਿੱਟੇ ਚਿੱਟੇ ਬੰਦ ਹੋਣ, ਨਸ਼ੇ ਬੰਦ ਹੋਣ, ਸਾਨੂੰ ਉਹ ਬੰਦਾ ਸਹੀ ਚਾਹੀਦਾ ਜੀ। ਚਾਰੇ ਕੈਂਡੀਡੇਟ ਆ ਜਿਹੜੇ, ਦੋ ਕੈਂਡੀਡੇਟ ਤਾਂ ਬਾਹਰੋਂ ਆਏ ਆ ਜੀ, ਦੋ ਕੈਂਡੀਡੇਟ ਲੋਕਲ ਹੈ, ਅਸੀਂ ਲੋਕਲ ਕੈਂਡੀਡੇਟ ਨੂੰ ਪਹਿਲਾਂ ਪਸੰਦ ਕਰਦੇ ਹਾਂ। ਅਤੇ ਸਮੱਸਿਆਵਾਂ ਕੀ ਹੈ ਜੇ ਤੁਹਾਨੂੰ ਸਮੱਸਿਆ ਜਿਹੜੀ ਆ ਰਹੀ ਹੈ? ਸਮੱਸਿਆ ਇਹ ਆ ਰਹੀਆਂ ਸਾਨੂੰ ਜੀ, ਵੀ ਇੱਕ ਤਾਂ GST ਇਹਨਾਂ ਨੇ ਲਾਇਆ, ਜਿਹੜਾ GST ਲਾਇਆ ਇਹਨਾਂ ਨੇ, ਜਿਹਨਾਂ ਕੋਲ ਦੂਸਰਾ GST ਨੰਬਰ ਹੈ ਉਹਦੇ ਵਿੱਚ ਇਹਨਾਂ ਨੂੰ ਸਾਨੂੰ ਕੋਈ ਰਾਹਤ ਨਹੀਂ ਦਿੱਤੀ, ਸਾਨੂੰ 1% ਟੈਕਸ ਤਾਰਨਾ ਪੈ ਰਿਹਾ, ਇਸ ਕਰਕੇ ਅਸੀਂ ਵਪਾਰੀ ਵਰਗ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਾਂ। ਵੋਟਾਂ ਦਾ ਸਮਾਂ ਚੱਲ ਰਿਹਾ ਹੈਗਾ, ਲੇਕਿਨ ਤੁਸੀਂ ਆਰਾਮ ਨਾਲ ਬੈਠ ਕੇ ਮਤਲਬ ਇਹ ਤਾਸ਼ ਖੇਡ ਰਹੇ ਹੋ, ਗੱਲਾਂ ਬਾਤਾਂ ਕੀ ਚੱਲ ਰਹੀਆਂ ਤੁਹਾਡੀਆਂ? ਗੱਲਾਂ ਬਾਤਾਂ ਇਹ ਆ ਜੀ, ਮਨ ਸਾਰਿਆਂ ਨੇ ਬਣਾਇਆ ਜਿਹਨੂੰ ਵੋਟ ਪਾਉਣੀ ਹੈ, ਅੰਦਰੋਂ ਸਾਰਿਆਂ ਨੇ ਮਨ ਪੱਕਾ ਬਣਾਇਆ ਹੋਇਆ, ਪਰ ਅਸੀਂ ਵੋਟ ਉਹ ਨਹੀਂ ਪਾਵਾਂਗੇ ਜਿਹੜੇ ਵਪਾਰੀਆਂ ਦੇ ਹੱਕ ਦੀ ਗੱਲ ਕਰੂਗਾ। 1 ਨੰਬਰ 'ਤੇ ਵਪਾਰੀਆਂ ਦੀ ਪੈਨਸ਼ਨ ਲੱਗਣੀ ਚਾਹੀਦੀ 60 ਸਾਲ ਤੋਂ ਉਮਰ ਵਾਧੇ ਦੀ, ਕਿਉਂ ਅਸੀਂ ਇੰਨਾ GST ਭਰਦੇ ਹਾਂ। ਦੇਖੋ 1 ਕਰੋੜ ਦੀ ਸੇਲ ਕਰਦਾ, ਉਹ ਬੰਦਾ ਇੰਨਾ GST ਭਰਦਾ, ਸਾਨੂੰ ਕੋਈ ਬੈਨੀਫਿਟ ਦਿੰਦੀ ਗੌਰਮੈਂਟ? ਚਾਹੇ ਸੈਂਟਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ, ਅਸੀਂ ਇਹ ਸਰਕਾਰ ਕੋਲ ਮੰਗ ਕਰਨੇ ਚਾਹੁੰਦੇ ਹਾਂ ਵੀ ਸਾਡੀ ਪੈਨਸ਼ਨ ਲਈ ਜਾਵੇ, 60 ਸਾਲ ਵਾਲੀ ਉਮਰ ਦੇ ਵੱਧ ਹੈਗੇ ਆ ਬਜ਼ੁਰਗ, ਇਹੀ ਹੈ ਪਰ ਵੋਟ ਕੀ ਪਾਵਾਂਗੇ, ਸੋਚ ਸਮਝ ਕੇ ਪਾਵਾਂਗੇ। ਲੋਕ ਸਭਾ ਚੋਣਾਂ ਦੇ ਚੱਲਦਿਆਂ ਅਸੀਂ ਗੱਲ ਕਰਨ ਜਾ ਰਹੇ ਹਾਂ ਫਰੀਦਕੋਟ ਲੋਕ ਸਭਾ ਹਲਕੇ ਦੀ ਸੀਟ ਦੀ, ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਜਿਹੜੇ ਧਰਮਕੋਟ ਹੈਗੇ ਆ ਉਹਨਾਂ ਨੂੰ ਆਪਣੀ ਜਿਹੜਾ ਚੋਣ ਜਿਹੜਾ ਹੈਗਾ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਤਾਰਿਆ, ਸਾਡੇ ਨਾਲ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰਾਜਵਿੰਦਰ ਜੀ, ਕਿਹੜੇ ਮੁੱਦੇ ਲੈ ਕੇ ਤੁਸੀਂ ਫਰੀਦਕੋਟ ਦੀ ਲੋਕ ਸਭਾ ਸੀਟ ਜਿਹੜੀ ਲੜ ਰਹੇ ਹੋ? ਦੇਖੋ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਿਜ਼ਨ ਹੈ ਉਹ ਪੰਜਾਬ ਨੂੰ ਲੈ ਕੇ ਬਹੁਤ ਸੰਜੀਦਾ ਵਿਜ਼ਨ ਹੈ, ਵਿਸ਼ਾਲ ਵਿਜ਼ਨ ਹੈ। ਪੰਜਾਬ ਇਸ ਸਮੇਂ ਬਹੁਤ ਹੀ ਮਾੜੀ ਸਥਿਤੀ ਦੇ ਵਿੱਚੋਂ ਨਿਕਲ ਰਿਹਾ, ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਨਸ਼ਿਆਂ ਦਾ ਮੁੱਦਾ ਹੈ ਜਿਸ ਨੂੰ ਖਤਮ ਕਰਨ ਦੀ ਲੋੜ ਹੈ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਲੋੜ ਹੈ, ਔਰ ਕਿਸਾਨਾਂ ਨੂੰ ਜਿਹੜੇ ਉਹਨਾਂ ਦੇ ਹੱਕ ਨੇ, ਜੋ ਵਾਜਬ ਹੱਕ ਨੇ, ਉਹ ਦੇਣ ਦੀ ਲੋੜ ਹੈ। ਇਸ ਤੋਂ ਇਲਾਵਾ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਦੀ ਮੰਗ, NSA ਜਿਹੜੀ ਗਲਤ ਲਾਈ ਗਈ ਹੈ ਉਸ ਨੂੰ ਖਤਮ ਕਰਨ ਦੀ ਜਿਹੜੀ ਮੰਗ ਹੈ, ਔਰ ਸਾਡੇ NRI ਖਾਸ ਤੌਰ 'ਤੇ ਵੀਰ ਹੈ ਜਿਨ੍ਹਾਂ ਦੀਆਂ ਪ੍ਰੋਪਰਟੀਜ਼ ਇੱਥੇ ਨੱਪੀਆਂ ਜਾ ਰਹੀਆਂ ਮੌਜੂਦਾ ਸਰਕਾਰ ਦੀ ਸ਼ਹਿ 'ਤੇ, ਅਸੀਂ ਉਹਨਾਂ ਸਾਰਿਆਂ ਨੂੰ ਹੀ ਇਸ ਡਰ ਦੇ ਮਾਹੌਲ 'ਚੋਂ ਕੱਢਣਾ ਚਾਹੁੰਦੇ ਹਾਂ। ਅਤੇ ਕਿਹੜੇ ਕਿਹੜੇ ਮੁੱਦੇ ਤੁਹਾਡੇ ਸਾਹਮਣੇ ਆਏ ਆ, ਜੇਕਰ ਤੁਸੀਂ MP ਬਣਦੇ ਹੋ ਤਾਂ ਕੀ ਮੁੱਦੇ ਜਿਹੜੇ ਤੁਸੀਂ ਸੋਲਵ ਕਰ ਰਹੇ ਹੋ? ਦੇਖੋ, ਜਿਹੜੇ ਇਸ ਸਮੇਂ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਮਾੜੀ ਹੈਗੀ ਹੈ, ਜਿਹੜਾ ਵਪਾਰੀ ਵਰਗ ਆ, ਦੁਕਾਨਦਾਰ ਵਰਗ ਹੈ, ਬੜਾ ਮਾਯੂਸ ਔਰ ਡਰ ਅਤੇ ਖੌਫ ਦੇ ਵਿੱਚ ਉਹ ਜੀ ਰਿਹਾ, ਉਹਨਾਂ ਦੇ ਲਈ ਅਸੀਂ ਕਾਨੂੰਨ ਅਤੇ ਅਮਨ ਜਿਹੜਾ ਹੈਗਾ ਉਸ ਨੂੰ ਬਹਾਲੀ ਦੇ ਲਈ ਹਰ ਅਸੀਂ ਉਹ ਸੰਭਵ ਕੋਸ਼ਿਸ਼ ਕਰਾਂਗੇ। ਜਿਹੜੀਆਂ ਗ੍ਰਾਂਟਸ ਨੇ ਜਿਹੜੀਆਂ ਪ੍ਰੋਪਰ ਨਹੀਂ ਪਹੁੰਚਦੀਆਂ ਜਦੋਂ ਉੱਤੋਂ ਲਾਗੂ ਹੁੰਦੀਆਂ ਨੇ, ਉਹ ਕਰਪਸ਼ਨ ਦੇ ਕਰਕੇ ਉਹ ਰਸਤੇ ਦੇ ਵਿੱਚ ਹੀ ਖਾਧੀਆਂ ਜਾਂਦੀਆਂ ਔਰ ਪ੍ਰੋਪਰ ਨਹੀਂ ਲੱਗਦੀਆਂ, ਅਸੀਂ ਕਰਪਸ਼ਨ ਖਤਮ ਕਰਾਂਗੇ ਤਾਂ ਕਿ ਉਹ ਗ੍ਰਾਂਟ ਜਿਹੜੀਆਂ ਉਹਨਾਂ ਦੀ ਸਹੀ ਨਜ਼ਰਸਾਨੀ ਕਰਕੇ ਉਹ ਹਰ ਉਸ ਫੀਲਡ ਦੇ ਵਿੱਚ ਪਹੁੰਚੇ ਜਿਸ ਦੇ ਲਈ ਉਹ ਲਾਗੂ ਹੋਈ ਹੈ। ਕੋਈ ਔਰ ਇਸ ਤੋਂ ਇਲਾਵਾ ਇੰਡਸਟਰੀ ਦਾ ਮੁੱਦਾ, ਅਸੀਂ ਰੁਜ਼ਗਾਰ ਪੈਦਾ ਕਰਾਂਗੇ ਇਸ ਇਲਾਕੇ ਦੇ ਵਿੱਚ, ਔਰ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਵਾਹਗਾ ਔਰ ਜਿਹੜਾ ਬਾਰਡਰ ਹੈਗਾ ਸਾਡਾ, ਇਹ ਹਸੈਨੀਵਾਲ ਬਾਰਡਰ ਹੋ ਗਿਆ, ਵਾਹਗਾ ਬਾਰਡਰ ਹੋ ਗਿਆ, ਅਟਾਰੀ, ਇਹਨਾਂ ਦੇ ਰਾਹੀਂ ਅਸੀਂ ਜਿਹੜਾ ਫਸਲੀ ਆਦਾਨ ਪ੍ਰਦਾਨ ਹੈ ਅਸੀਂ ਉਹ ਵੀ ਕਰਾਂਗੇ ਤਾਂ ਕਿ ਜਿਹੜਾ ਸਾਡਾ ਕਿਸਾਨ ਹੈ ਖੁਸ਼ਹਾਲ ਹੋ ਸਕੇ ਔਰ ਸਾਡੀ ਤਰੱਕੀ ਜਿਹੜੀ ਹੈ ਪੰਜਾਬ ਦੀ ਹੋ ਸਕੇ।
ਫਰੀਦਕੋਟ ਲੋਕ ਸਭਾ ਸੀਟ ਦੀ ਜੇਕਰ ਗੱਲ ਕਰ ਲਈਏ ਤਾਂ ਕਾਂਗਰਸ ਪਾਰਟੀ ਨੇ ਅਮਰਜੀਤ ਕੌਰ ਸਾਹੂਕੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈਗਾ। ਅਮਰਜੀਤ ਕੌਰ ਸਾਹੂਕੇ ਬੀਬੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬੀਬੀ ਜੀ, ਕਿਹੜੇ ਮੁੱਦੇ ਲੈ ਕੇ ਤੁਸੀਂ ਇਲੈਕਸ਼ਨ ਲੜ ਰਹੇ? ਅਸੀਂ ਜੀ ਇਹ ਜਿਹੜਾ ਪੰਜਾਬ ਸਰਕਾਰ ਨੇ ਬੀਬੀਆਂ ਨੂੰ ਵਾਅਦਾ ਕੀਤਾ ਸੀਗਾ, ਐਡਾ ਵੱਡਾ ਝੂਠ ਬੋਲਿਆ ਸੀ ਕਿ ਅਸੀਂ 1000 ਰੁਪਇਆ ਦੇਵਾਂਗੇ, ਨੌਕਰੀਆਂ ਦੇਵਾਂਗੇ, ਔਰ ਇੱਕ ਸ਼ਗਨ ਸਕੀਮ ਹੈ ਜਿਹੜੀ ਉਹ ਬਿਲਕੁਲ ਹੀ ਨਹੀਂ ਦਿੱਤੀ ਗਈ। ਗਰੀਬ ਪਰਿਵਾਰਾਂ ਦੇ ਬੱਚੇ ਜਦੋਂ ਵਿਆਹੇ ਜਾਂਦੇ ਉਹਨਾਂ ਨੂੰ ਇੱਕ ਸ਼ਗਨ ਸਕੀਮ ਮਿਲਦੀ ਆ, ਅਤੇ ਉਹ ਵੀ ਨਹੀਂ ਦਿੱਤੀ ਗਈ। ਉਹ ਜਿਹੜੇ ਇਹ ਵਾਅਦੇ ਆ, ਇਹ ਲੋਕ ਸਭ ਅੱਜ ਇਸ ਵੇਲੇ ਪੂਰੇ ਜੋਸ਼ ਵਿੱਚ ਹੈ ਕਿ ਅਸੀਂ ਉਹਨਾਂ ਨੂੰ ਸਬਕ ਸਿਖਾਵਾਂਗੇ 1 ਜੂਨ ਨੂੰ। ਲੋਕ ਸਭਾ ਚੋਣਾਂ ਦੇ ਚੱਲਦਿਆਂ ਅਸੀਂ ਗੱਲ ਕਰਨ ਜਾ ਰਹੇ ਹਾਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਰਮਜੀਤ ਅਨਮੋਲ ਨਾਲ, ਉਹ ਸਾਡੇ ਨਾਲ ਨੇ। ਅਨਮੋਲ ਜੀ, ਕੀ ਮੁੱਦੇ ਲੈ ਕੇ ਤੁਸੀਂ ਫੀਲਡ 'ਚ ਆਏ? ਬਹੁਤ ਸਾਰੇ ਮੁੱਦੇ ਨੇ ਜੀ। ਪਹਿਲਾਂ ਤਾਂ ਜਿਹੜੀ ਵੋਟ ਮੰਗ ਰਹੇ ਹਾਂ ਅਸੀਂ ਕੰਮਾਂ ਦੇ ਆਧਾਰ 'ਤੇ ਮੰਗ ਰਹੇ ਹਾਂ। ਕੋਈ ਲਾਰਾ ਨਹੀਂ ਲਾਇਆ ਪਹਿਲਾਂ ਵੀ ਅਤੇ ਹੁਣ ਵੀ ਨਹੀਂ ਲਾਵਾਂਗੇ। ਲੋਕਾਂ ਦਾ ਕਿਵੇਂ ਤੁਹਾਨੂੰ ਸਹਿਯੋਗ? ਬਹੁਤ ਅੱਛਾ ਸਹਿਯੋਗ ਮਿਲ ਰਿਹਾ ਜੀ, ਬਹੁਤ ਹੀ ਵਧੀਆ। ਜੇਕਰ ਤੁਸੀਂ ਹੁਣ ਕਾਫੀ ਚਿਰ ਹੋ ਗਿਆ ਤੁਹਾਨੂੰ ਫਰੀਦਕੋਟ ਹਲਕੇ 'ਚ ਘੁੰਮਦਿਆਂ ਨੂੰ, ਸਮੱਸਿਆਵਾਂ ਦਾ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ, ਕੀ ਮੇਨ ਮਕਸਦ ਜਿਹੜੀਆਂ ਸਮੱਸਿਆਵਾਂ? ਪਹਿਲੀ ਗੱਲ ਤਾਂ ਇੱਥੇ ਇੰਡਸਟਰੀ ਲਾਉਣੀ ਹੈ ਜੀ, ਫੂਡ ਪ੍ਰੋਸੈਸਿੰਗ ਇੰਡਸਟਰੀ, ਕਿ ਜਿਹਦੇ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇ ਔਰ ਜਿਹੜੇ ਸਾਡੇ ਬੇਰੁਜ਼ਗਾਰ ਨੌਜਵਾਨ ਹੈ ਉਹ ਆਕੂਪਾਈਡ ਹੋਣ। ਜੇ ਗੱਲ ਕਰ ਲਈਏ ਤਾਂ ਵਿਰੋਧੀ ਧਿਰ ਆਪਾਂ ਨੂੰ ਕਹਿ ਰਿਹਾ ਹੈਗਾ ਕਿ ਇਹਨਾਂ ਕੋਲ ਪੀ ਆਰ ਬਾਹਰ ਦੀ ਹੈ, ਉਹਦਾ ਕੀ ਜਵਾਬ? ਅਤੇ ਫਿਰ ਕੀ ਹੋਊਗਾ ਜੇ ਪੀ ਆਰ ਬਾਹਰ ਦੀ ਰਹਿ ਤਾਂ ਮੈਂ ਇੱਥੇ ਰਿਹਾ, ਇਹ ਤਾਂ ਇੱਥੇ ਹੀ ਰਹੂੰਗਾ ਲੋਕਾਂ 'ਚ। ਲੋਕਾਂ ਨੂੰ ਤਾਂ ਲੋਕਾਂ ਨੂੰ ਮਿਲਣ ਤੱਕ ਹੈ, ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ, ਮੈਂ ਚਾਹੇ ਚੰਦ 'ਤੇ ਰਹਾਂ ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ। ਹਾਂਜੀ, ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ? ਲੋਕਾਂ ਨੂੰ ਇਹ ਹੈ ਕਿ ਤੁਸੀਂ ਅਸੀਂ ਨਾ ਕੋਈ ਧਰਮ ਦੇ ਨਾਂ 'ਤੇ ਨਾ ਕੋਈ ਜਾਤ ਦੇ ਨਾਂ 'ਤੇ ਵੋਟ ਮੰਗ ਰਹੇ ਹਾਂ, ਅਸੀਂ ਕੰਮਾਂ ਦੇ ਨਾਂ 'ਤੇ ਵੋਟ ਮੰਗ ਰਹੇ ਹਾਂ। ਤੁਸੀਂ ਕੰਮਾਂ ਨੂੰ ਫਤਵਾ ਦੇਣਾ ਅਤੇ ਜ਼ਰੂਰ ਸਾਨੂੰ ਇੱਕ ਵਾਰੀ ਸੈਂਟਰ ਦੇ ਵਿੱਚ ਪਹੁੰਚਾਓ। ਬਿਲਕੁਲ, ਇਹ ਸਨ ਕਰਮਜੀਤ ਅਨਮੋਲ, ਔਰ ਉਹਨਾਂ ਨੇ ਕਿਹਾ ਹੈਗਾ ਕਿ ਉਹ ਆਪਣੇ ਕੰਮਾਂ ਦੇ ਆਧਾਰ 'ਤੇ ਹੈਗੀ ਹੈ ਜਿਹੜੀ ਲੋਕਾਂ ਤੋਂ ਵੋਟ ਮੰਗ ਰਹੇ ਆ, ਔਰ ਜਿਹੜੇ ਵਿਕਾਸ ਦੇ ਕੰਮ ਹੁਣ ਤੱਕ ਆਮ ਆਦਮੀ ਪਾਰਟੀ ਨੇ ਕੀਤੇ ਆ ਜਾਂ ਕਰਨ ਜਾਊਗੀ ਜਿਹੜੇ, ਕਿਉਂਕਿ ਜੇ ਲੋਕ ਉਹਨਾਂ ਨੂੰ ਫਤਵਾ ਦੇਣਗੇ ਤਾਂ ਉਹ ਸੈਂਟਰ ਦੇ ਵਿੱਚ ਜਾ ਕੇ ਜਿਹੜੀਆਂ ਸਮੱਸਿਆਵਾਂ ਹੈਗੀਆਂ ਫਰੀਦਕੋਟ ਲੋਕ ਸਭਾ ਹਲਕੇ ਦੀਆਂ ਉਹ ਰੱਖਣਗੇ ਔਰ ਲੋਕਾਂ ਦੇ ਕੰਮ ਹੈ ਜਿਹੜੇ ਉਹ ਹੱਲ ਕਰਾਉਣਗੇ। ਕੈਮਰਾਮੈਨ ਸੁਖਜਿੰਦਰ ਦੇ ਨਾਲ ਅਮਨਦੀਪ ਲੱਕੀ, PTC ਨਿਊਜ਼, ਫਰੀਦਕੋਟ।